ਐਮਐਸਪੀ ਮਿਲੂਗੀ ਤਾਂ ਪੂਰੇ ਦੇਸ਼ ਨੂੰ ਮਿਲੂਗੀ, ਫਾਇਦਾ ਸਾਰੇ ਦੇਸ਼ ਨੂੰ ਹੋਊਗਾ। ਇਹ ਸਾਰੇ ਦੇਸ਼ ਦੇ ਕਿਸਾਨਾਂ ਦੇ ਹੱਕਾਂ ਲਈ ਕਿਸਾਨ ਲੜ ਰਹੇ ਨੇ, ਉੱਥੇ ਥਾਪੀਆਂ ਮਾਰ ਰਹੇ ਆ, ਭੰਗੜੇ ਪਾ ਰਹੇ ਆ, ਅਨ ਅਟੈਕਿੰਗ ਲੋਕਾਂ ਤੇ ਅਟੈਕ ਹੋ ਰਿਹਾ, ਇੱਕ ਮੈਡੀਕਲ ਕੈਂਪ ਭੰਨਤਾ, ਲੰਗਰ ਖੰਡਿਆ। ਸੋ ਇਹ ਫੌਜ ਦੇ ਡਿਸਿਪਲਿਨਡ ਫੌਜ ਦੇ ਕੰਮ ਨਹੀਂ। ਮੈਂ ਨਹੀਂ ਵਿਸ਼ਵਾਸ ਕਰਦਾ ਵੀ ਸਾਡੇ ਦੇਸ਼ ਦਾ ਜਵਾਨ ਇਹੋ ਜਿਹੀ ਕੋਈ ਗੱਲ ਕਰ ਸਕਦਾ। 13 ਤਰੀਕ ਤੋਂ ਸਾਰੇ ਚੀਕ ਰਹੇ ਹਾਂ, ਅਸੀਂ ਵੀ ਚੀਕ ਰਹੇ ਹਾਂ ਵੀ ਇਹ ਹੋ ਕੀ ਰਿਹਾ, ਆਪਣੀਆਂ ਸਰਹੱਦਾਂ ਦੇ ਵਿੱਚ ਆ ਕੇ ਆ ਰਹੇ ਨੇ, ਕੋਈ ਪਹਿਲੀ ਵਾਰ ਤਾਂ ਹੋਇਆ ਨਹੀਂ। ਸ਼ੁਰੂ ਕਰਨ ਦੇ ਕਤਲ ਮਗਰੋਂ ਅੱਜ ਪੰਜਾਬ ਕਾਂਗਰਸ ਵੱਲੋਂ ਸੰਗਰੂਰ ਦੇ ਵਿੱਚ SSP ਦੇ ਦਫ਼ਤਰ ਅੱਗੇ ਧਰਨਾ ਦਿੱਤਾ ਜਾ ਰਿਹਾ। ਤਾਂ ਇਸ ਸਮੇਂ ਸਾਡੇ ਨਾਲ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਸਿੱਧੂ ਜੀ ਮੌਜੂਦ ਨੇ। ਸਿੱਧੂ ਸਾਹਿਬ, ਆਖਿਰ FIR ਦਰਜ ਕਿਉਂ ਨਹੀਂ ਕੀਤੀ ਜਾ ਰਹੀ? ਕਿਉਂਕਿ ਕਿਸਾਨ ਤਾਂ ਪੂਰੇ ਦੇਸ਼ ਦਾ, MSP ਮਿਲੂਗੀ ਤਾਂ ਪੂਰੇ ਦੇਸ਼ ਨੂੰ ਮਿਲੂਗੀ, ਫਾਇਦਾ ਸਾਰੇ ਦੇਸ਼ ਨੂੰ ਹੋਊਗਾ। ਇਹ ਸਾਰੇ ਦੇਸ਼ ਦੇ ਕਿਸਾਨਾਂ ਦੇ ਹੱਕਾਂ ਲਈ ਕਿਸਾਨ ਲੜ ਰਹੇ ਨੇ, ਉਹਨਾਂ ਨਾਲ ਪੰਜਾਬ ਦੀ ਧਰਤੀ ਤੇ ਇਹੋ ਜਿਹਾ ਧੱਕਾ ਹੋਵੇ, ਇਹ ਹੁਣ ਸਰਕਾਰਾਂ ਨੂੰ ਜਵਾਬ ਦੇਣਾ ਚਾਹੀਦਾ ਵੀ FIR ਕਿਉਂ ਨਹੀਂ ਦਰਜ ਹੋ ਰਹੀ, ਇਹਨਾਂ ਨੂੰ ਕਰ ਸਕਦੇ 0 FIR ਕਰ ਸਕਦੇ। ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਕਿ ਮੈਂ ਦੋਸ਼ੀਆਂ ਖਿਲਾਫ ਕਾਰਵਾਈ ਕਰਕੇ ਰਹੂੰਗਾ, ਫਿਰ ਵੀ 4 ਦਿਨ ਬੀਤ ਚੁੱਕੇ ਨੇ, ਤੁਹਾਨੂੰ ਕਿਉਂ ਲੱਗਦਾ ਵੀ ਕਿੱਥੇ ਵੀਕ ਪੁਆਇੰਟ ਹੈ? ਦੇਖੋ ਜੀ, ਚਲੋ ਜੀ CM ਸਾਹਿਬ ਕਹਿੰਦੇ ਆ ਤਾਂ ਬਹੁਤ ਚੰਗੀ ਗੱਲ ਹੈ ਜੇ ਕਰਨਗੇ, ਪਰ ਗੱਲ ਇਹ ਹੈ ਵੀ 13 ਤਰੀਕ ਤੋਂ ਸਾਰੇ ਚੀਕ ਰਹੇ ਹਾਂ, ਅਸੀਂ ਵੀ ਚੀਕ ਰਹੇ ਹਾਂ ਵੀ ਇਹ ਹੋ ਕੀ ਰਿਹਾ, ਆਪਣੀਆਂ ਸਰਹੱਦਾਂ ਦੇ ਵਿੱਚ ਆ ਕੇ ਆ ਰਹੇ ਨੇ, ਕੋਈ ਪਹਿਲੀ ਵਾਰ ਤਾਂ ਹੋਇਆ ਨਹੀਂ। ਇਨਫੈਕਟ 13 ਤਰੀਕ ਤੋਂ ਪਹਿਲਾਂ ਜਦੋਂ ਤੁਹਾਡੇ ਵਰਗੇ ਪੱਤਰਕਾਰ ਉੱਥੇ ਜਾ ਰਹੇ ਸੀ, ਉਦੋਂ ਉਹਨਾਂ ਨੂੰ ਖਦੇੜਿਆ ਜਾ ਰਿਹਾ ਸੀ, ਉਹ ਕਹਿ ਰਹੇ ਸੀ ਯਾਰ ਪੰਜਾਬ ਦੀ ਹੱਦ 'ਚ ਖੜੇ ਹਾਂ ਅਸੀਂ ਕਵਰ ਕਰ ਸਕਦੇ ਹਾਂ। ਸੋ ਸਰਕਾਰ ਨੂੰ ਪਤਾ ਤਾਂ ਸੀਗਾ, ਪਹਿਲਾਂ ਹੀ ਸ਼ਾਇਦ ਇਹ ਕੋਈ ਕਾਰਵਾਈ ਪਹਿਲੇ ਦਿਨ ਹੀ ਹੋ ਜਾਂਦੀ, ਜਦੋਂ ਕਿਸਾਨ ਯੂਨੀਅਨਾਂ ਨੇ ਉੱਥੋਂ ਦੇ ਪੁਲਿਸ ਮੁਲਾਜ਼ਮ ਫੜ ਕੇ ਦਿੱਤੇ ਜਿਹੜੇ ਰੋੜੇ ਮਾਰ ਰਹੇ ਸੀ, ਭੜਕਾ ਰਹੇ ਸੀ, ਉਹ ਜਿਹੇ ਤੇ ਕਾਰਵਾਈ ਹੋ ਜਾਂਦੀ ਤਾਂ ਸ਼ਾਇਦ ਸ਼ੁਭਕਰਮਨ ਆਪਣੇ ਵਿੱਚ ਹੁੰਦਾ, ਫਰੀਦਵਾਲ ਅੱਜ ਆਪਣੇ ਵਿੱਚ ਹੁੰਦਾ। ਸੋ ਇਸ ਚੀਜ਼ ਕਰਕੇ ਥੋੜ੍ਹਾ ਜਿਹਾ ਸ਼ੰਕਾ ਲੋਕਾਂ ਨੂੰ ਹੈ ਵੀ ਯਾਰ ਜਦੋਂ ਹੋਊਗਾ ਉਦੋਂ ਹੀ ਵਿਸ਼ਵਾਸ ਕਰਾਂਗੇ, ਪਹਿਲਾਂ ਹੀ ਬਹੁਤ ਗੱਲਾਂ ਤੇ ਵਿਸ਼ਵਾਸ ਕਰਕੇ ਦੇਖ ਲਿਆ, ਕੋਈ ਸਿਰੇ ਨਹੀਂ ਲੱਗੀ। ਸਿੱਧੂ ਸਾਹਿਬ, ਤੁਸੀਂ ਕਹਿ ਰਹੇ ਹੋ ਕਿ ਉਹ ਸੁਰੱਖਿਆ ਫੋਰਸ ਨਹੀਂ ਸੀ, ਪੁਲਿਸ ਨਹੀਂ ਸੀ, ਇੱਕ ਗੁੰਡੇ ਸੀਗੇ, ਤੁਹਾਨੂੰ ਕਿਉਂ ਲੱਗਦਾ ਹੈ? ਕਿਉਂਕਿ ਕਿਸਾਨ ਵੀ ਦਾਵਾ ਕਰਦੇ ਨੇ ਕਿ ਉਹ ਪੁਲਿਸ ਨਹੀਂ ਸੀ, ਫੋਰਸ ਨਹੀਂ ਸੀ, ਉਹ RSS ਦੇ ਗੁੰਡੇ ਸੀ, ਕਿਸਾਨ ਕਹਿ ਰਹੇ ਨੇ, ਤੁਹਾਨੂੰ ਕੀ ਲੱਗਦਾ ਇਸ ਪਿੱਛੇ ਕੀ ਪਿਕਚਰ ਹੈ? ਦੇਖੋ ਜੀ, ਕਿਉਂਕਿ ਜਿਹੜਾ ਜਿਵੇਂ ਜੈ ਜਵਾਨ ਜੈ ਕਿਸਾਨ ਦਾ ਨਾਰਾ ਹੈ, ਜਿਹੜੇ ਜਵਾਨ ਨੇ ਉਹ ਵੀ ਕਿਸਾਨਾਂ ਦੇ ਧੀ ਪੁੱਤ ਨੇ। ਮੇਰੀ ਕਈ ਗੱਲਾਂ ਨਾਲ ਕਈ ਬੰਦਿਆਂ ਨਾਲ ਗੱਲ ਹੋਈ, ਕਹਿੰਦੇ ਜੀ ਜਦੋਂ ਅਸੀਂ ਡਾਂਗ ਉੱਧਰ ਚਲਾਉਂਦੇ ਹਾਂ ਨਾ, ਸੱਟ ਸਾਡੇ ਵੱਜਦੀ ਹੈ, ਦਰਦ ਸਾਡੇ ਹੁੰਦਾ, ਅੱਖਾਂ 'ਚ ਹੰਝੂ ਭਰੇ ਹੁੰਦੇ ਆ ਸਾਡੇ। ਸੋ ਇੱਕ ਵੈਸੇ ਵੀ ਡਿਸਿਪਲਿਨਡ ਫੋਰਸ ਆ, ਉਹ ਇੱਕ ਤਰਤੀਬ ਵਾਈਜ਼ ਜਾਂਦੀ ਹੈ, ਨੌਨ ਲੀਥਲ ਹੋ ਕੇ ਜਾਂਦੀ ਹੈ, ਪਰ ਜਿਸ ਤਰੀਕੇ ਨਾਲ ਉੱਧੇ ਹੋਇਆ, ਉਹ ਬੇਕਾਬੂ ਮੌਬ ਵਾਂਗੂ ਆਏ, ਉੱਥੇ ਥਾਪੀਆਂ ਮਾਰ ਰਹੇ ਆ, ਭੰਗੜੇ ਪਾ ਰਹੇ ਆ, ਅਨ ਅਟੈਕਿੰਗ ਲੋਕਾਂ ਤੇ ਅਟੈਕ ਹੋ ਰਿਹਾ, ਇੱਕ ਮੈਡੀਕਲ ਕੈਂਪ ਭੰਨਤਾ, ਲੰਗਰ ਖੰਡਿਆ। ਸੋ ਇਹ ਫੌਜ ਦੇ ਡਿਸਿਪਲਿਨਡ ਫੌਜ ਦੇ ਕੰਮ ਨਹੀਂ। ਮੈਂ ਨਹੀਂ ਵਿਸ਼ਵਾਸ ਕਰਦਾ ਵੀ ਸਾਡੇ ਦੇਸ਼ ਦਾ ਜਵਾਨ ਇਹੋ ਜਿਹੀ ਕੋਈ ਗੱਲ ਕਰ ਸਕਦਾ। ਸੋ ਜੋ ਕਿਸਾਨ ਦੱਸਦੇ ਆ ਵੀ ਉਹ ਬਿਨਾਂ ਵਰਦੀ ਤੋਂ ਸੀਗੇ, ਅਨਕੰਟਰੋਲਡ ਸੀਗੇ, ਜਿਨ੍ਹਾਂ ਨੇ ਸਿੱਧੀਆਂ ਗੋਲੀਆਂ ਮਾਰੀਆਂ ਉਹਨਾਂ ਦੇ ਕੋਈ ਵਰਦੀ ਨਹੀਂ ਸੀ। ਸੋ ਸਾਨੂੰ ਇਹ ਪੂਰਾ ਵਿਸ਼ਵਾਸ ਹੈ ਵੀ ਉਹ ਗੁੰਡੇ ਸੀਗੇ, ਉਹ ਫੌਜ ਨਹੀਂ ਸੀ। ਸਾਡੇ ਦੇਸ਼ ਦੀ ਫੌਜ ਆਪਦੇ ਦੇਸ਼ ਦੇ ਲੋਕਾਂ 'ਤੇ ਨਹੀਂ ਕਰ ਸਕਦੀ। ਕਈ ITBP ਦੇ ਜਵਾਨ ਉੱਥੇ ਲੱਗੇ ਹੋਏ ਆ ਜਿਹੜੇ ਕਹਿੰਦੇ ਆ ਜੀ ਅਸੀਂ ਤਾਂ ਇਹ ਸੋਚ ਕੇ ਭਰਤੀ ਹੋਏ ਸੀ ਵੀ ਇੰਡੋ ਤਿੱਬਤ ਬਾਰਡਰ 'ਤੇ ਚਾਈਨਾ ਨੂੰ ਆਉਣ ਤੋਂ ਰੋਕਾਂਗੇ, ਅਤੇ ਸਾਨੂੰ ਸਾਡੇ ਲੋਕਾਂ 'ਤੇ ਗੋਲੀਆਂ ਚਲਾਉਣੀਆਂ ਪੈਣਗੀਆਂ, ਸਾਡੇ ਲੋਕਾਂ ਦੇ ਡੰਡੇ ਚਲਾਉਣ, ਅਸੀਂ ਕਦੇ ਸੋਚਿਆ ਨਹੀਂ। ਸਿੱਧੂ ਸਾਹਿਬ, ਤੁਹਾਡਾ ਹਲਕੇ 'ਚ ਆਉਂਦਾ ਹੈ ਖਨੌਰੀ ਹਲਕਾ, ਤੁਹਾਡੇ ਵੱਲੋਂ ਕਿਵੇਂ ਦੀ ਮਦਦ ਕੀਤੀ ਜਾ ਰਹੀ ਹੈ ਕਿਸਾਨਾਂ ਦੀ? ਦੇਖੋ ਜੀ, ਲਗਾਤਾਰ ਪਹਿਲੇ ਦਿਨ ਤੋਂ ਸਾਡੀਆਂ ਟੀਮਾਂ ਸਾਰੀਆਂ ਉੱਥੇ ਤਾਇਨਾਤ ਨੇ, ਸਾਰੇ ਸਾਥੀ ਉੱਥੇ ਭੇਜੇ ਹੋਏ ਆ, ਅਸੀਂ ਖੁਦ ਉਹਨਾਂ ਨਾਲ ਸੰਪਰਕ ਦੇ ਵਿੱਚ ਹਾਂ, ਜਿਸ ਤਰ੍ਹਾਂ ਦੀ ਵੀ ਉੱਥੇ ਜ਼ਰੂਰਤ ਆਉਂਦੀ ਹੈ, ਲੋੜ ਪੈਂਦੀ ਹੈ, ਉਹਨਾਂ ਨੂੰ ਮਿੰਟੋ ਮਿੰਟੀ ਅਸੀਂ ਜਾ ਕੇ ਉਹਨਾਂ ਨਾਲ ਤਾਲਮੇਲ ਬਣਾਉਂਦੇ ਹਾਂ, ਉਹ ਪ੍ਰੋਵਾਈਡ ਕਰਾਉਂਦੇ ਹਾਂ, ਕਿਉਂਕਿ ਅਸੀਂ ਵੀ ਚਾਹੁੰਦੇ ਹਾਂ ਵੀ ਇਹਦੀ ਅਗਵਾਈ ਕਿਸਾਨ ਯੂਨੀਅਨ ਕਰੇ, ਉਹਦੇ ਪਿੱਛੇ ਅਸੀਂ ਲੱਗ ਕੇ ਚੱਲਦੇ ਹਾਂ। ਤੁਸੀਂ ਪ੍ਰਿਤਪਾਲ ਨੂੰ ਮਿਲ ਕੇ ਆਏ ਹੋ ਪੀੜਤ ਕਿਸਾਨ ਨੂੰ, ਹੁਣ ਕਿਵੇਂ ਦੀ ਹਾਲਤ ਹੈ ਉਸਦੀ? ਨਹੀਂ, ਹਲੇ ਪ੍ਰਿਤਪਾਲ ਨੂੰ ਮਿਲ ਨਹੀਂ ਦਿੱਤਾ ਗਿਆ, ਹਲੇ ਤਾਂ ਸਾਡੇ ਸਰਪੰਚ ਸਾਹਿਬ ਵੀ ਉੱਥੇ ਇਕੱਲੇ ਪੋਸਟਡ ਨੇਗੇ, ਕਿਉਂਕਿ ਪ੍ਰਿਤਪਾਲ ਨੂੰ 3 ਦਿਨ ਤੋਂ ਲਗਾਤਾਰ ਰੋਜ਼ ਸਵੇਰੇ
ਇਹ ਸਟਾਰਟ ਕਰ ਦਿੰਦੇ ਵੀ ਅੱਜ ਡਿਸਚਾਰਜ ਕਰਨਗੇ, ਅਸੀਂ ਲੁਧਿਆਣੇ ਪਹੁੰਚ ਜਾਂਦੇ ਹਾਂ ਵੀ DMC ਲੈ ਕੇ ਆਵਾਂਗੇ, ਅਤੇ ਸ਼ਾਮ ਨੂੰ ਆਉਂਦੇ ਆਉਂਦੇ ਉਹਨੂੰ ਕੈਂਸਲ ਕਰ ਦਿੱਤਾ ਜਾਂਦਾ, ਕੋਈ ਨਾ ਕੋਈ ਬਹਾਨਾ ਬਣਾ ਦਿੱਤਾ ਜਾਂਦਾ। ਇਹ ਲਗਾਤਾਰ 2 ਦਿਨ ਹੋ ਗਏ, ਅੱਜ ਤੀਸਰਾ ਦਿਨ ਹੈ, ਜੱਦੋ ਜਹਿਦ ਜਾਰੀ ਹੈ ਪਰ ਹਲੇ ਡੇਂਜਰ ਤੋਂ ਬਾਹਰ ਹੈ।